छुट्टी निभारे जे तुसी या कहंदा जेड़े हाथ करनगे ता अजे मैं नीचे करनु नहीं किया उन्हां दी फड़ लैनी अंबे ने बा ते जेड़े हाथ करनगे थल्ले सर उन्हां दे कुछ नहीं पैना पल्ले ते जेड़े हाथ करनगे सौंड वाले पाजी विचकार ते बाई जी ना आयो वार ते ना आयो पर ਇਹਦਾ ਜਦੋਂ ਆਪਾਂ ਨੂੰ ਕਹਿੰਦੇ ਪੰਜਾਬੀਆਂ ਦੀ ਇੱਕ ਕਹਾਵਤ ਆ ਜੀ ਕਹਿੰਦਾ ਜਿਸ ਕਹਿੰਦਾ ਦਿਲ ਵਿੱਚੋਂ ਰੱਖ ਦਿੱਤਾ ਡਰ ਵਾਲਾ ਅਸੀਂ ਵਰਕਾ ਪਾੜ ਕੇ ਉਹ ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ ਬੇ ਸ਼ਰੇ ਛੱਡਿਆ ਚਾੜ ਕੇ ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ ਸਿਰੇ ਛੱਡਿਆ ਚਾੜ ਕੇ ਤੇ ਇਹ ਗੱਲ ਮੇਰੀ ਥੋੜੀ ਬੋਲ ਬਾਣੀ ਇਦਾਂ ਦੀ ਆ ਕਿਉਂਕਿ ਮੈਂ ਮਾਝੇ ਤੋਂ ਬਿਲੋਂਗ ਕਰਦੀ ਹਾਂ ਤੁਹਾਨੂੰ ਪਤਾ ਕਿ ਮਾਝੇ ਵਾਲੇ ਥੋੜੇ ਜਿਹੇ ਕੜਕ ਹੁੰਦੇ ਆ ਐਮੀ ਸਾਹਿਬ ਵੀ ਉੱਥੋਂ ਦੇ ਆ ਕਿਉਂਕਿ ਕਹਿੰਦੇ ਹਾਂਜੀ ਸੋ ਬਿਕੋਸ ਇਹਦੇ ਨਾਲ ਸੋ ਹੁਣ ਮੇਰੀਆਂ ਪਿਆਰੀਆਂ ਪਿਆਰੀਆਂ ਪੈਣਾ ਉਹਨਾਂ ਲਈ ਮਹਾਮਾਈ ਦੇ ਚਰਨਾਂ ਵਿੱਚ ਹਾਜ਼ਰੀ ਆ ਸੋ ਮੈਂ ਸਪੈਸ਼ਲ ਥੈਂਕਸ ਕਰਦੀ ਆ ਇੱਕ ਵਾਰੀ ਫਿਰ ਤੋਂ ਮਾਤਾ ਜੀ ਦਾ ਨੇਮ ਜਿਹੜਾ ਸੀ ਅਨਾਉਂਸ ਕਰਦੇ ਆ ਬਾਬਾ ਪਿੰਦਰ ਕੌਰ ਜੀ ਮੈਂ ਸਪੈਸ਼ਲ ਥੈਂਕਸ ਕਰਦੀ ਆ ਮਾਤਾ ਜੀ ਤੁਹਾਡੀ ਸਮਾਈਲ ਬਹੁਤ ਅੱਛੀ ਆ ਮਾਤਾ ਜੀ ਮੈਂ ਠੀਕ ਕਰ ਰਹੀ ਆ ਮੜਾ ਜਿਹਾ ਮੈਨੂੰ ਥੋੜਾ ਜਿਹਾ એનર્ਜੀ ਆ ਜੇ ਥੈਂਕ ਯੂ ਮਾਤਾ ਜੀ ਮੈਨੂੰ ਹਰਜੀਤ ਭਾਜੀ ਨੇ ਤੁਹਾਡੇ ਬਾਰੇ ਬਹੁਤ ਜ਼ਿਕਰ ਕੀਤਾ ਤਾਰੀਫ ਕੀਤੀ ਕਿ ਮਾਤਾ ਜੀ ਦਾ ਨੇਚਰ ਬਹੁਤ ਵਧੀਆ ਤੇ ਮੈਂ ਦਿਲੀ ਸੋਚਦੀ ਹੁੰਦੀ ਕਿ ਕਿਤੇ ਕਾਸ਼ ਮੈਂ ਵੀ ਉੱਥੇ ਪਹੁੰਚਾਂ ਪਰ ਤੁਸੀਂ ਖੁਦ ਮੈਨੂੰ ਬੁਲਾਇਆ ਤੇ ਮੈਂ ਫਕਰ ਮਹਿਸੂਸ ਕਰਦੀ ਆ ਆਪਣੇ ਉੱਤੇ ਪ੍ਰਾਊਡ ਫੀਲ ਕਰ ਰਹੀ ਆ ਸਪੈਸ਼ਲ ਥੈਂਕਸ ਕਰਦੀ ਆ ਤੁਹਾਡਾ ਥੈਂਕ ਯੂ ਸੋ ਮਚ ਮਿਹਰਬਾਨੀ ਸ਼ੁਕਰੀਆ ਜੀ ਹਾਂਜੀ ਇੱਕ ਵਾਰੀ ਸਾਡੀ ਮਹਾਮਾਈ ਲਈ ਤਾੜੀ ਮਾਰਿਓ ਕਿਉਂਕਿ ਉਹਨਾਂ ਦਾ ਬਹੁਤ ਨੇਚਰ ਅੱਛਾ ਅੱਜ ਉਹਨਾਂ ਦੀ ਬਦੌਲਤ ਤੁਸੀਂ ਉਹਨਾਂ ਨੂੰ ਇੰਨਾ ਪਿਆਰ ਕਰਦੇ ਜੋ ਇੱਥੇ ਉਹਨਾਂ ਲਈ ਤੁਸੀਂ ਹਾਜ਼ਰੀ ਪਾਉਂਦੇ ਜੋ ਕਹਿੰਦੇ ਗਾ ਵੀ ਸੁਣੀਏ ਮਨ ਰੱਖੀਏ ਪਾਓ ਜੇ ਨਾ ਤੁਸੀਂ ਗਾਉਣ ਵਾਲੇ ਨੂੰ ਜਿੰਨਾ ਪੁੰਨ ਲੱਗ ਰਿਹਾ ਨਾ ਸੁਣਨ ਵਾਲੇ ਨੂੰ ਵੀ ਲੱਗ ਰਿਹਾ ਇਹ ਡੀਜੇ ਡੂਜੇ ਕੰਮ ਨਹੀਂ ਆਉਣੇ ਆ ਕੰਮ ਆਉਣਾ ਹੈ ਨੀ ਮੈਂ ਨੱਚਣਾ ਮੋਹਨ ਦੇ ਅੱਜ ਮੈਨੂੰ ਨੱਚ ਲੈਂਦੇ ਹੋ ਇਹ ਕੰਮ ਆਉਣਾ ਹੈ ਠੀਕ ਹੈ ਜੀ ਇਹ ਅਕਸਰ ਜਦੋਂ ਡੀਜ਼ੇ ਲੱਗਦੇ ਆ ਟਹਿਣੇ ਭਾਜੀ ਨੂੰ ਪਤਾ ਜਿਹਨੂੰ ਨਹੀਂ ਵੀ ਨਾ ਹੁੰਦਾ ਭੰਗੜਾ ਉਹ ਵੀ ਪਾਉਂਦਾ ਮਾਤਾ ਜੀ ਕਹਿੰਦੇ ਭੰਗੜਾ ਤੇ ਪਾਉਣਾ ਆਉਂਦਾ ਨਹੀਂ ਕਈ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਨੱਚਦੇ ਆ ਪਰ ਇੱਥੇ ਨੱਚਿਆ ਕੰਮ ਆਉਣਾ ਹੁਣ ਮੈਂ ਵੇਖਣਾ ਤੁਸੀਂ ਨੱਚਦੇ ਜਾਂ ਕਿ ਨਹੀਂ ਨੱਚਦੇ ਮੈਂ ਤੁਹਾਨੂੰ ਨਚਾਉਣਾ ਹੈ ਕਹਿੰਦੇ ਭੰਗੜਾ ਤੇ ਪਾਉਣਾ ਆਉਂਦਾ ਨਹੀਂ ਤੂੰ ਬਾਂਦਰ ਵਾਂਗੂ ਟੱਪਦਾ ਸੀ ਰਾਤੀ ਮੈਂ ਸੁਣਿਆ ਡੀਜੇ ਤੇ ਤੂੰ ਹੋ ਕੇ ਗਾੜੀ ਨਹੀਂ ਮੈਂ ਕਹਿਣਾ ਤੁਸੀਂ ਸਮਝਦਾਰ ਜੋ ਗੀਤ ਸੁਣਿਆ ਹੋਊਗਾ ਨੱਚਦਾ ਸੀ ਬਾਂਦਰ ਵਾਂਗੂ ਟੱਪਦਾ ਸੀ ਸੱਚੀ ਗੱਲ ਹੈ ਨਾ ਹਰ ਬੰਦਾ ਨੱਚਦਾ ਹੈ ਪਰ ਇੱਥੇ ਨੱਚਿਆ ਕੰਮ ਆਉਣਾ ਹੁਣ ਮੈਂ ਵੇਖਣਾ ਆ ਜਿਨ੍ਹਾਂ ਜਿਨ੍ਹਾਂ ਨੂੰ ਹੁਣ ਮਹਾਮਾਈ ਦੇ ਦਰ ਤੇ ਪਿਆਰ ਆ ਵੰਗਾ ਚੜਾਉਣੀਆਂ ਉਹਦੇ ਦਰ ਦੀਆਂ ਹੱਥ ਉੱਚਾ ਕਰਿਓ ਜਰਾ ਮਾੜਾ ਜਿਹਾ ਮੇਰੀਆਂ ਭੈਣਾਂ ਸਾਰੀਆਂ ਨੇ ਚੜਾਉਣੀਆਂ ਨਾ ਆ ਜਾਓ ਫਿਰ ਓ ਵੰਗਾ ਚੜਾ ਲੋ ਕੁੜੀਆਂ ਮੇਰੀ ਦਾਤੀ ਦੇ ਦਰਬਾਰ ਦੀਆਂ ਕੁੜੀਆਂ ਉਹ ਮੇਰੀ ਦਾਤੀ ਦੇ
ਮੰਗਾ ਜਿਨ੍ਹਾਂ ਨੇ ਵੰਗਾ ਪਾਇਆ ਮੰਗਾ ਜਿਨ੍ਹਾਂ ਨੇ ਵੰਗਾ ਪਾਇਆ ਦਾਤੀ ਜੀ ਨੇ ਮੌਜਾਂ ਲਾਇਆ ਦਾਤੀ ਮਾਰੇ ਮੌਜਾਂ ਲਾਇਆ ਜਿਨ੍ਹਾਂ ਜਿਨ੍ਹਾਂ ਨੇ ਵੰਗਾ ਪਾਇਆ ਮਈਆ ਜੀ ਨੇ ਮੌਜਾਂ ਲਾਇਆ ਭੋਲੀ ਮਾਂ ਨੇ ਮੌਜਾਂ ਲਾਇਆ ਭੋਲੀ ਮਾਂ ਨੇ ਮੌਜਾਂ ਹੀ ਲਾਇਆ ਭੋਲੀ ਮਾਂ ਨੇ ਮੌਜਾਂ ਲਾਇਆ ਖੁਸ਼ੀਆਂ ਨੇ ਦਰ ਬਹਾਉਂਦੀਆਂ ਮੰਗਾ ਜਿਨ੍ਹਾਂ ਨੇ
होश बुला देंगे होश बुला देंगे होश बुला देंगे होश बुला देंगे नचन ला 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 देंगे बीबा नचन ला देंगे बीबा बिल्कुल सो ताड़ी मारियो एक अपने आप ली थैंक यू बड़ी प्यारी साथ संगत पर तुसी प्रॉमिस नहीं निभाया मेरे ना